बोले अज पंजाब स्टेट के मुख्यमंत्री वजों कई मुल्कां दे अंबैसडर्स हाई कमिश्नर्स उन्हां दे राजदूत जिहड़े ने उन्हां नाल मुलाकात सी कि पंजाब दे विच उन्हां मुल्कां दे विचों इंडस्ट्री उन्हां मुल्कां दे विचों किहड़े किहड़े सैक्टर जिहड़े ने उन्हां नाल पंजाब एसोसीएट कर सकदा है क्योंकि अज कल ज़माना जिहड़ा है ब्रेन स्ट्रॉमिंग दा ग्रुप ऑफ कंपनीज़ दा ਅਤੇ ਦੁਨੀਆ ਜਿਹੜੀ ਆ ਉਹ ਇੱਕ ਛੋਟਾ ਜਿਹਾ ਪਿੰਡ ਬਣ ਗਈ। ਆਸਟ੍ਰੇਲੀਆ ਦੇ ਅੰਬੈਸਡਰ ਮਿਸਟਰ ਫਿਲਿਪ ਗ੍ਰੀਨ, ਯੂਕੇ ਦੇ ਅੰਬੈਸਡਰ, ਸਪੇਨ ਦੇ ਅੰਬੈਸਡਰ, ਮਲੇਸ਼ੀਆ ਦੇ ਅੰਬੈਸਡਰ, ਨੀਦਰਲੈਂਡ ਦੇ ਅੰਬੈਸਡਰ, ਬ੍ਰਾਜ਼ੀਲ ਦੇ ਅੰਬੈਸਡਰ, ਟਰਕੀ ਜਿਹਨੂੰ ਤੁਰਕੀ ਕਹਿੰਦੇ ਨੇ, ਤੁਰਕੀ ਦੇ ਅੰਬੈਸਡਰ, ਫਰਾਂਸ ਦੇ ਅੰਬੈਸਡਰ, ਸਾਰਿਆਂ ਨਾਲ ਬਹੁਤ ਖੁੱਲ੍ਹ ਕੇ ਗੱਲ ਹੋਈ ਇਕੱਲੇ ਇਕੱਲਿਆਂ ਨਾਲ। ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਕੰਟਰੀ ਜਿਵੇਂ ਆਸਟ੍ਰੇਲੀਆ ਹੈ, ਬ੍ਰਾਜ਼ੀਲ ਹੈ, ਇਹ ਕੰਟਰੀ ਜਿਹੜੇ ਨੇ ਇਹ ਖੇਤੀ ਸੈਕਟਰ ਦੇ ਵਿੱਚ ਪੰਜਾਬ ਦੇ ਨਾਲ ਬਹੁਤ ਸਾਰੀਆਂ ਸਾਂਝਾਂ ਪਾ ਸਕਦੇ ਨੇ। ਫੂਡ ਪ੍ਰੋਸੈਸਿੰਗ 'ਚ ਜਾਂ ਮੈਨੂਫੈਕਚਰਿੰਗ ਕੰਬਾਈਨਸ ਦੀ, ਟਰੈਕਟਰਸ ਦੀ, ਕਿਉਂਕਿ ਪੰਜਾਬ ਜਿਹੜਾ ਉਹ 87% ਟਰੈਕਟਰ ਅਤੇ ਖੇਤੀ ਦੇ ਹੋਰ ਸੰਦ ਜਿਹੜੇ 87% ਉਹ ਦੇਸ਼ 'ਚੋਂ ਪੰਜਾਬ ਪੈਦਾ ਕਰਦਾ, ਪੰਜਾਬ ਮੈਨੂਫੈਕਚਰ ਕਰਦਾ। ਆਈਟੀ ਸੈਕਟਰ ਦੇ ਵਿੱਚ ਬਹੁਤ ਸਾਰੇ ਰਾਜਦੂਤ ਜਿਹੜੇ ਨੇ ਉਹਨਾਂ ਨੇ ਆਪਣਾ ਇੰਟਰਸਟ ਦਿਖਾਇਆ। ਆਉਣ ਵਾਲੇ ਦਿਨਾਂ 'ਤੇ ਮੋਹਾਲੀ ਦੇ ਵਿੱਚ, ਰਾਜਪੁਰਾ ਦੇ ਵਿੱਚ ਜਿਹੜੀ ਸਾਡੀ ਆਈਟੀ ਹੱਬ ਹੈ ਉਹਨੂੰ ਬਹੁਤ ਬੂਸਟ ਮਿਲੇਗਾ। ਅਸੀਂ ਜੋ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਜਿਸ ਵੇਲੇ ਮੇਰੇ ਨਾਲ ਪੰਜਾਬ ਦੇ ਵਿੱਚ ਕੰਪੇਨ ਕਰ ਰਹੇ ਸੀ, ਅਸੀਂ ਗਰੰਟੀਆਂ ਦੇ ਰਹੇ ਸੀ ਦੋਨੋਂ ਕਿ ਰੰਗਲਾ ਪੰਜਾਬ ਬਣਾਉਣਾ, ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ, ਇੰਡਸਟਰੀ ਨੂੰ ਲੈ ਕੇ ਆਉਣਾ। ਆਲਰੇਡੀ ਸਾਡੇ ਕੋਲ ਬਹੁਤ ਸਾਰੀ ਇੰਡਸਟਰੀ ਆ ਚੁੱਕੀ ਹੈ, ਪਰ ਜਦੋਂ ਅਸੀਂ ਇਕੱਲੇ ਇਕੱਲੇ ਅੰਬੈਸਡਰ ਨੂੰ ਅਲੱਗ ਤੋਂ ਮਿਲਦੇ ਹਾਂ ਤਾਂ ਉਹਨਾਂ ਦਾ ਜਿਹੜਾ ਅੱਜ ਵੀ ਮੈਂ ਦੇਖਣ ਲੱਗਿਆ ਹੋਇਆ ਸੀਗਾ ਇਹ ਗੱਲ ਕਿ ਉਹ ਬਹੁਤ ਜ਼ਿਆਦਾ ਇੰਟਰਸਟ ਦਿਖਾਉਂਦੇ ਨੇ ਬਜਾਏ ਇਸ ਦੇ ਕਿ ਕੋਈ ਬਹੁਤ ਵੱਡਾ ਕੋਈ ਇਨਵੈਸਟਮੈਂਟ ਮੀਟ ਪ੍ਰੋਗਰਾਮ ਕਰ ਲਓ, ਸਾਰਿਆਂ ਨੂੰ ਸੰਬੋਧਨ ਕਰੋ। ਉਹਦੀ ਬਜਾਏ ਜਦੋਂ ਇਕੱਲੇ ਇਕੱਲੇ ਮੁਲਕ ਦੇ ਅੰਬੈਸਡਰ ਨਾਲ ਗੱਲ ਕਰਦੇ ਹਾਂ, ਜਿਵੇਂ ਕਿ ਬ੍ਰਾਜ਼ੀਲ ਹੈ, ਉਹ ਫੁੱਟਬਾਲ ਦੇ ਵਿੱਚ ਬਹੁਤ ਅੱਗੇ ਨੇ। ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਜਿੰਨੀਆਂ ਫੁੱਟਬਾਲਾਂ ਤੁਹਾਡੇ ਬੱਚੇ ਖੇਡਦੇ ਨੇ ਉਹ ਸਾਰੀਆਂ ਜਲੰਧਰ ਬਣਦੀਆਂ ਨੇ, ਤਾਂ ਬਹੁਤ ਹੈਰਾਨ ਹੋਏ ਇਸ ਗੱਲ ਤੋਂ ਕਿ ਰਗਬੀ ਦਾ ਜਿਹੜਾ ਵਰਲਡ ਕੱਪ ਹੈ ਉਹਦੀਆਂ ਸਾਰੀਆਂ ਬੋਲਾਂ ਜਲੰਧਰ ਬਣੀਆਂ। ਕ੍ਰਿਕਟ ਦੇ ਬੈਟ, ਕ੍ਰਿਕਟ ਦੀਆਂ ਬੋਲਾਂ, ਹਾਕੀ ਦੀਆਂ ਸਟਿਕਸ ਸਾਰੀਆਂ, ਸਾਡੇ ਸਪੋਰਟਸ ਸਿਟੀ ਜਲੰਧਰ ਹੈ, ਅਸੀਂ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਹੋਇਆ ਲੋਕਾਂ ਨਾਲ। ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਗਏ ਸੀ ਜਲੰਧਰ ਤਾਂ ਉੱਥੇ ਅਨਾਊਂਸਮੈਂਟ ਕੀਤੀ ਸੀ। ਤਾਂ ਸਪੋਰਟਸ ਦੇ ਵਿੱਚ ਵੀ ਬਹੁਤ ਸਾਰਾ ਇੱਕ ਦੂਜੇ ਦੇ ਮੁਲਕਾਂ ਨਾਲ ਅਸੀਂ ਸਪੋਰਟਸ ਕਲਚਰ, ਆਸਟ੍ਰੇਲੀਆ ਦਾ ਸਪੋਰਟ ਕਲਚਰ ਬਹੁਤ ਵਧੀਆ, ਅਸੀਂ ਆਪਣੇ ਇੱਥੇ ਉਹਨਾਂ ਨੂੰ ਲੈ ਕੇ ਆ ਸਕਦੇ ਹਾਂ। ਪ੍ਰੋਫੈਸ਼ਨਲ ਯੂਨੀਵਰਸਿਟੀ ਐਜੂਕੇਸ਼ਨ, ਯੂਨੀਵਰਸਿਟੀਜ਼ ਦੇ ਜਿਹੜੀਆਂ ਸਾਡੇ ਬੱਚੇ 25-25, 30-30 ਲੱਖ ਰੁਪਈਆ ਦੇ ਕੇ ਉੱਥੇ ਯੂਨੀਵਰਸਿਟੀਆਂ 'ਚ ਐਡਮਿਸ਼ਨ ਲੈਂਦੇ ਨੇ, ਉਹੀ ਯੂਨੀਵਰਸਿਟੀਆਂ ਇੱਥੇ ਕਿਉਂ ਨਾ ਆਉਣ।
ਉਹੀ ਪੜ੍ਹਾਈ ਇੱਥੇ ਹੋਵੇ ਅਤੇ ਉਹ ਜਿੱਥੇ ਮਰਜ਼ੀ ਬਾਅਦ ਦੇ ਵਿੱਚ ਜਾ ਕੇ ਦੁਨੀਆ ਜਿੱਥੇ ਮਰਜ਼ੀ ਉਹਨਾਂ ਦਾ ਦਿਲ ਕਰਦਾ ਉੱਥੇ ਨੌਕਰੀਆਂ ਕਰ ਲੈਣ, ਉੱਥੇ ਪਲੇਸਮੈਂਟ ਹੋ ਜੇ ਉਹਨਾਂ ਦੀ। ਸੋ ਇੱਕ ਬਹੁਤ ਵੱਡਾ ਸਟੈਪ ਹੈ ਇਹ, ਬਹੁਤ ਵੱਡਾ ਕਦਮ ਹੈ। ਸੋ ਅੱਜ ਸਾਰੇ ਜਿਹੜੇ ਮੁਲਕ ਨੇ ਉਹਨਾਂ ਦੇ ਰਾਜਦੂਤਾਂ ਨਾਲ ਗੱਲ ਹੋਈ ਹੈ, ਲਗਭਗ ਸਾਰਿਆਂ ਨੇ ਕਿਹਾ ਕਿ ਅਸੀਂ ਪੰਜਾਬ ਆਵਾਂਗੇ ਅਤੇ ਤੁਸੀਂ ਸਾਡੇ ਕੰਟਰੀ 'ਚ ਆਓ ਅਤੇ ਅਸੀਂ ਤੁਹਾਨੂੰ ਆਪਣਾ ਕਲਚਰ ਦਿਖਾਉਂਦੇ ਹਾਂ, ਜਿੱਥੇ ਸਾਡੀਆਂ ਕਮੀਆਂ ਨੇ ਤੁਸੀਂ ਪੂਰੀਆਂ ਕਰ ਦਿਓ, ਜਿੱਥੇ ਤੁਹਾਡੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ। ਤਾਂ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਜੋ ਸੁਪਨਾ ਪੰਜਾਬ ਨੂੰ ਲਿਆ ਉਹ ਪੂਰਾ ਹੋ ਸਕਦਾ। ਸੋ ਅੱਜ ਸਾਰੇ ਮੈਂ ਜਿੰਨੇ ਵੀ ਮੁਲਕ ਦੇ ਨਾਂ ਲਏ ਨੇ ਉਹਨਾਂ ਦੇ ਅੰਬੈਸਡਰਸ ਨਾਲ ਗੱਲ ਹੋਈ ਹੈ, ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸੈਕਟਰੀ ਲੈਵਲ 'ਤੇ, ਜਦੋਂ ਅੰਬੈਸੀ ਲੈਵਲ 'ਤੇ ਗੱਲ ਹੋਊਗੀ ਤਾਂ ਜਿਹੜੇ ਅੱਜ ਅਸੀਂ ਮੀਟਿੰਗਾਂ ਕੀਤੀਆਂ ਨੇ ਉਹਨਾਂ ਨੂੰ ਬੂਰ ਪਊਗਾ। ਜਿਵੇਂ ਨੀਦਰਲੈਂਡ ਦੀ ਜਿਹੜੀ ਅੰਬੈਸੀ ਹੈ ਉਹਦੇ ਜਿਹੜੇ ਅੰਬੈਸਡਰ ਨੇ ਹਰ ਹਾਈਨੈਸ, ਉਹਨਾਂ ਨੇ ਉਹ ਪੰਜਾਬ ਹੁਣੀ ਅਕਤੂਬਰ 'ਚ ਵਿਜਿਟ ਕਰਕੇ ਗਏ ਸੀਗੇ। ਕੈਟਲ ਫੀਡ ਦੇ ਵਿੱਚ ਰਾਜਪੁਰੇ ਕੋਲ ਉਹਨਾਂ ਨੇ ਰੋਇਲ ਡੀ ਹਿਊਜ਼ ਨਾਂ ਦੀ ਕੰਪਨੀ, ਜਿਹੜੀ ਡੱਚ ਕੰਪਨੀ ਹੈ, ਉਹਨਾਂ ਨੇ ਉਹਦਾ ਨੀਂਹ ਪੱਥਰ ਰੱਖਿਆ ਸੀਗਾ ਅਤੇ ਹੁਣ ਉਹਨਾਂ ਨੇ ਕਿਹਾ ਕਿ ਉਹ ਬਣਨ ਵਾਲੀ ਹੈ, ਬਸ ਸਾਰੀਆਂ ਕਲੀਅਰੈਂਸਿਸ ਹੋ ਗਈਆਂ ਨੇ, ਸਾਰੀਆਂ NOC ਸਾਨੂੰ ਮਿਲ ਗਈਆਂ ਨੇ ਅਤੇ ਹੁਣ ਉਹਦੇ ਵਿੱਚੋਂ ਜਦੋਂ ਪਹਿਲਾ ਪ੍ਰੋਡਕਟ ਨਿਕਲੂਗਾ ਦੁੱਧ ਦਾ, ਮਿਲਕ ਦਾ, ਤਾਂ ਉਹਦਾ ਤੁਸੀਂ ਉਦਘਾਟਨ ਕਰਨਾ। ਮੈਂ ਖੁਸ਼ੀ ਖੁਸ਼ੀ ਅਸੈਪਟ ਕੀਤਾ ਕਿ ਮੇਰੇ ਆਪਣੇ ਪੰਜਾਬ ਦੇ ਵਿੱਚ ਲੋਕਲ ਸਾਰੇ ਰਾਜਪੁਰ ਦੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਕੰਮ ਮਿਲ ਰਿਹਾ ਅਤੇ ਸਾਡਾ ਦੁੱਧ ਜਿਹੜਾ ਵੇਰਕਾ ਤਾਂ ਹੈ ਹੀ ਹੈ ਅਤੇ ਨਾਲ ਨਾਲ ਜੇ ਸਾਡੇ ਕੋਲ ਇੰਟਰਨੈਸ਼ਨਲ ਕੰਪਨੀਆਂ ਵੀ ਆਉਣਗੀਆਂ ਤਾਂ ਸਾਡੇ ਪ੍ਰੋਡਕਟ ਜਿਹੜੇ ਨੇ ਉਹ ਇੰਟਰਨੈਸ਼ਨਲ ਹੋਣਗੇ। ਇਸੇ ਤਰ੍ਹਾਂ ਬ੍ਰਾਜ਼ੀਲ, ਇਸੇ ਤਰ੍ਹਾਂ ਆਪਣਾ ਮਲੇਸ਼ੀਆ, ਅੰਮ੍ਰਿਤਸਰ ਤੋਂ ਕੁਆਲਾਲੰਪੁਰ ਸਿੱਧੀ ਫਲਾਈਟ ਚੱਲਦੀ ਹੈ, ਟੂਰਿਜ਼ਮ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈ। ਮਲੇਸ਼ੀਆ ਦੇ ਅੰਬੈਸਡਰ ਨੇ ਕਿਹਾ ਕਿ ਮੈਂ ਵੀ ਆਉਣਾ ਅੰਮ੍ਰਿਤਸਰ, ਮੈਂ ਵੀ ਪੰਜਾਬ ਵਿਜ਼ਿਟ ਕਰੂੰਗਾ ਅਤੇ ਕਿਉਂਕਿ ਬਹੁਤ ਸਾਡੇ ਪੁਰਾਣੇ ਬਜ਼ੁਰਗਾਂ ਤੋਂ ਅਸੀਂ ਸੁਣਦੇ ਹੁੰਦੇ ਸੀ ਜਦੋਂ ਮਲੇਸ਼ੀਆ ਦਾ ਨਾਮ ਮਲਾਇਆ ਕਹਿੰਦੇ ਹੁੰਦੇ ਸੀ, ਮਿਆਂਮਾਰ ਜਿਹੜਾ ਉਹਨੂੰ ਬਰਮਾ ਕਹਿੰਦੇ ਹੁੰਦੇ ਸੀ। ਸੋ ਸਾਡੇ ਬਹੁਤ ਸਾਰੇ 1910-1920 ਦੇ ਨੇੜੇ ਤੇੜੇ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉੱਥੇ ਜਾ ਕੇ ਵਸੇ ਸੀ, ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸਾਡੀਆਂ ਕਈ ਨੈਸ਼ਨਲ ਟੀਮਾਂ ਦੇ ਵਿੱਚ ਪੰਜਾਬੀ ਪਲੇਅਰ ਨੇ ਉੱਥੇ ਜਿਹੜੇ ਜੰਮੇ ਨੇ। ਸੋ ਬੜੀਆਂ ਵਧੀਆ ਮੀਟਿੰਗਸ ਰਹੀਆਂ ਨੇ ਔਰ ਇਹ ਮਿਹਨਤ ਕਰਨੀ ਪਊਗੀ। ਮੁੱਖ ਮੰਤਰੀ ਘਰ ਆਪਣੇ ਘਰ ਦਾ ਕੁੰਡਾ ਲਾ ਕੇ ਨਹੀਂ ਬੈਠ ਸਕਦਾ। ਜੇ 3.5 ਕਰੋੜ ਲੋਕਾਂ ਨੇ ਯਕੀਨ ਜਾਂ ਵਿਸ਼ਵਾਸ ਜਾਂ ਉਮੀਦ ਜਿਤਾਈ ਹੈ ਤਾਂ ਉਹਨਾਂ ਉਮੀਦਾਂ 'ਤੇ ਪੂਰਾ ਉਤਰਨ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪਊਗੀ। ਅੱਜ ਮੈਂ ਨੌਕਰੀਆਂ ਵੀ ਦੇ ਕੇ ਆਇਆ, 461 450 ਹੈੱਡ ਕਾਂਸਟੇਬਲ ਅਤੇ 11 ਦੂਸਰੇ ਡਿਪਾਰਟਮੈਂਟ ਦੇ, ਅਤੇ ਆ ਕੇ ਮੈਂ ਇੱਥੇ ਮੀਟਿੰਗਾਂ ਵੀ ਕੀਤੀਆਂ ਜਾ ਕੇ, ਫਿਰ ਪੰਜਾਬ ਦੇ ਭਲੇ ਲਈ ਜੋ ਵੀ ਸਰਕਾਰ ਦੀਆਂ ਪਲੈਨਿੰਗਾਂ ਜੋ ਸਰਕਾਰ ਵੱਲੋਂ ਨੀਤੀਆਂ ਬਣਨਗੀਆਂ ਉਹ ਪੰਜਾਬੀਆਂ ਦੇ ਹੱਕ 'ਚ ਬਣਨਗੀਆਂ। ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ, ਲੋਕ ਉੱਧਰੋਂ ਇੱਧਰ ਨੂੰ ਆਉਣਾ ਚਾਲੂ ਹੋ ਗਏ। ਜਦੋਂ ਮੈਂ ਇਹ ਗੱਲ ਕਹੀ ਸੀ ਉਦੋਂ ਮਜ਼ਾਕ ਕਰਦੇ ਸੀ, ਪਰ ਹੁਣ ਜਦੋਂ ਆਉਣ ਲੱਗ ਗਏ ਤਾਂ ਹੁਣ ਕਹਿੰਦੇ ਹਾਂ ਚਲੋ ਠੀਕ ਆ ਆ ਗਏ, ਹੁਣੇ ਉੱਥੇ ਤੰਗ ਹੋ ਗਏ। ਮਤਲਬ ਪੰਜਾਬ ਗਵਰਨਮੈਂਟ ਦੀਆਂ ਕੋਸ਼ਿਸ਼ਾਂ ਨੂੰ ਵਿਰੋਧੀ ਧਿਰ ਵਾਲੇ ਐਪਰੀਸ਼ੀਏਟ ਨਹੀਂ ਕਰਦੇ, ਉਹਨਾਂ ਮੁਲਕਾਂ ਨੂੰ ਭਾਂਡਦੇ, ਕਹਿੰਦੇ ਉੱਥੇ ਤੰਗ ਹੋ ਗਏ ਹੁਣੇ ਤਾਂ ਆ ਗਏ ਹੁਣੇ। ਬਹੁਤ ਸਾਰੇ ਹਰ ਰੋਜ਼ ਮੇਰੇ ਕੋਲ ਫੋਨ ਆਉਂਦੇ ਨੇ ਕਿ ਅਸੀਂ ਪੰਜਾਬ ਆ ਕੇ ਆਪਣੀ ਵਤਨ, ਆਪਣੇ ਪੁਰਖਿਆਂ ਦੀ ਧਰਤੀ 'ਤੇ ਆ ਕੇ ਅਸੀਂ ਕੰਮ ਕਾਰ ਕਰਨਾ ਚਾਹੁੰਦੇ ਹਾਂ।
ਹੁਣ ਸਾਨੂੰ ਵਿਸ਼ਵਾਸ ਹੋ ਗਿਆ ਪੰਜਾਬ ਗੌਰਮੈਂਟ 'ਚ, ਇਮਾਨਦਾਰ ਗੌਰਮੈਂਟ ਹੈ, ਪਾਰਦਰਸ਼ਤਾ ਗੌਰਮੈਂਟ ਦੇ ਵਿੱਚ ਹੈਗੀ ਹੈ। ਅਤੇ ਸਾਡੇ ਕਈ ਦੋਸਤਾਂ ਨੇ ਪਹਿਲਾਂ ਜਾ ਕੇ ਉੱਥੇ ਬਿਜ਼ਨਸ ਸੈੱਟ ਕਰ ਲਏ। ਮੈਂ ਕਿਹਾ ਤੁਸੀਂ ਆਓ, ਵੈਲਕਮ, ਕੋਈ ਪੈਸਾ ਨਹੀਂ ਲੱਗੂਗਾ, ਕੋਈ ਤੁਹਾਨੂੰ NOCਆਂ ਜਾਂ ਕੋਈ ਦਫ਼ਤਰਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਪੈਣੀ। ਇਸੇ ਗੱਲ ਤੋਂ ਪ੍ਰਭਾਵਿਤ ਸਾਰੇ ਐਂਬੈਸਡਰ ਵੀ ਸੀ ਕਿ ਅਸੀਂ ਸੁਣਿਆ, ਕਿਉਂਕਿ ਸਾਰੇ ਅਪਡੇਟ ਰਹਿੰਦੇ ਨੇ, ਕਿ ਅਸੀਂ ਸੁਣਿਆ ਤੁਸੀਂ ਜਿਹੜੇ ਅਸਟਾਮ ਪੇਪਰਾਂ ਦੀ ਕਲਰ ਕੋਡਿੰਗ ਕਰਤੀ, 14-15 ਦਿਨ ਤੋਂ ਬਾਅਦ ਲੱਗਦੇ ਨਹੀਂ ਸਾਰੀਆਂ NOCਆਂ ਲੈ ਕੇ ਤੁਸੀਂ ਆਪਣੀ ਫੈਕਟਰੀ ਸ਼ੁਰੂਆਤ ਕਰ ਸਕਦੇ ਹੋ। ਅਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਉਹ ਜਦੋਂ ਮੇਰੇ ਕੋਲ ਆਏ ਸੀ ਤਾਂ ਹੋਮਵਰਕ ਕਰਕੇ ਆਏ ਸੀ। ਉਹ ਕਹਿੰਦੇ ਸੀ ਨੌਰਥ ਇੰਡੀਆ 'ਚ ਜਦੋਂ ਵੀ ਅਸੀਂ ਆਉਣਾ ਤਾਂ ਪੰਜਾਬ ਆਉਣਾ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੌਰਾਨ ਪੰਜਾਬ ਦੀ ਜਿਹੜੀ ਬਾਗਡੋਰ ਹੈ ਉਹ ਆਮ ਆਦਮੀ ਪਾਰਟੀ ਦੇ ਹੱਥ 'ਚ ਹੈ, ਆਮ ਲੋਕਾਂ ਦੇ ਹੱਥ 'ਚ ਹੈ। ਬਹੁਤ ਬਹੁਤ ਧੰਨਵਾਦ। ਕੋਈ ਤੁਹਾਡਾ ਸਵਾਲ ਹੋਵੇ? ਪਹਿਲੀ ਇੱਕ ਬੜਾ ਚੁਣਾਵ ਹੈ ਚੰਡੀਗੜ੍ਹ, ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਪਹਿਲੀ ਵਾਰੀ ਇੱਕ ਚੁਣਾਵ ਲੜ ਰਹੇ ਹੈ, ਤੁਸੀਂ ਲੇਕਰ ਕਿਆ ਕੁਝ ਉਮੀਦ ਹੈ ਔਰ ਕਿਆ? ਦੇਖੋ, ਚੰਡੀਗੜ੍ਹ ਦਾ ਇੱਕ ਲੋਕਲ ਗਵਰਨਮੈਂਟ ਦਾ ਚੁਣਾਵ ਹੈ, ਉਹ 'ਚ ਕੌਂਸਲਰ ਜਿਹੜੇ ਨੇ ਉਹ, ਕਿਉਂਕਿ ਕੌਂਸਲਰ ਦਾ ਜਿਹੜਾ ਜਾਂ ਸਰਪੰਚੀ ਦਾ ਜਿਹੜਾ ਚੁਣਾਵ ਹੁੰਦਾ ਉਹ ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਵਾਲਿਆਂ ਦਾ ਹੁੰਦਾ। ਕਈ ਵਾਰੀ ਤਾਂ ਪਾਰਟੀ ਦੇ ਸਿੰਬਲ 'ਤੇ ਵੀ ਨਹੀਂ ਲੜਿਆ ਜਾਂਦਾ, ਉਹ ਆਪਸ 'ਚ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਸਾਰੇ। ਸੋ ਉਹਦੇ ਬਾਰੇ ਤਾਂ ਮੈਂ ਕਹੂੰਗਾ ਕਿ ਕੱਲ੍ਹ ਨੂੰ ਸ਼ਾਇਦ BJP ਤੋਂ ਖਹਿੜਾ ਛੁੱਟ ਜਾਏ ਚੰਡੀਗੜ੍ਹ ਦਾ, ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਸਾਡੇ ਕੋਲ ਜਿੰਨੇ ਵੀ, ਕਿਉਂਕਿ ਰਹਿੰਦੇ ਚੰਡੀਗੜ੍ਹ ਤਾਂ ਬੜੇ ਵਪਾਰੀਆਂ ਦੇ ਬੜੇ ਦੁਖੀ ਹੋਇਆਂ ਦੇ ਫੋਨ ਵੀ ਆਉਂਦੇ ਨੇ, ਸੁਨੇਹੇ ਵੀ ਆਉਂਦੇ ਨੇ ਕਿ ਬਹੁਤ ਦੁਖੀ ਹਾਂ ਜੀ, ਕਿੱਥੇ ਜਾਈਏ, MP ਸਾਡੀ ਬੰਬੇ ਰਹਿੰਦੀ ਹੈ ਅਤੇ ਇੱਥੇ ਲੜਾਈਆਂ ਚੱਲਦੀਆਂ ਨੇ, ਕਿਹਦੇ ਕੋਲ ਫਰਿਆਦਾਂ ਲੈ ਕੇ ਜਾਈਏ? ਤਾਂ ਜਿਹੜੀ ਮੈਂ 13-0 ਕਹਿਣਾ ਉਹਦੇ 'ਚ ਇੱਕ ਹੋਰ ਐਡ ਕਰ ਲਓ, 14-0 ਕਰ ਲਓ, ਚੰਡੀਗੜ੍ਹ ਵੀ ਨਾਲ ਜਿੱਤਾਂਗੇ। ਸਾਹਿਬ, ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈ, ਇੰਡੀਆ ਪਾਰਟੀ ਸਾਰੀਆਂ, ਆਮ ਆਦਮੀ ਪਾਰਟੀ ਵੀ ਇੰਡੀਆ ਦੇ ਨਾਲ ਹੈ, ਟਾਕਸ ਚੱਲ ਰਹੀਆਂ ਨੇ, ਕੀ ਪੰਜਾਬ ਦੇ ਵਿੱਚ ਅਲਾਇੰਸ ਹੋਏਗੀ, ਤੁਸੀਂ ਫੇਵਰ 'ਚ? ਇਹਦੇ ਬਾਰੇ ਮੇਰੇ ਖਿਆਲ 'ਚ ਮੈਨੂੰ ਫੇਵਰ 'ਚ ਜਾਂ ਤਾਂ ਤੁਹਾਨੂੰ ਫਿਰ ਪ੍ਰੋਪਰ ਜਾਣਕਾਰੀ ਨਹੀਂ। ਮੈਂ ਕਿੰਨੀ ਵਾਰੀ ਕਹਾਂ ਕਿ ਪੰਜਾਬ ਇਸ ਵਾਰ ਬਣੇਗਾ ਹੀਰੋ, ਅਤੇ ਪੰਜਾਬ 'ਚੋਂ ਆਮ ਆਦਮੀ ਪਾਰਟੀ ਵਾਸਤੇ 13-0, ਇਦੂ ਵੱਧ ਹੋਰ ਮੈਂ ਕੀ ਕਹਾਂ? ਹੁਣ ਦੱਸੋ, ਹੁਣ ਇਹ ਤੋਂ ਬਾਅਦ ਮੈਂ ਕਹਾਂ ਕੀ ਹੁਣ? ਸੋ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ, ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਕੇ ਜਿਹੜਾ ਪਾਵਰ ਦਿੱਤੀ ਹੈ ਕਿ ਇਹ ਪਾਵਰ ਲੋਕਾਂ ਲਈ ਵਰਤੋ, ਲੋਕਾਂ ਵਾਸਤੇ ਵਰਤੋ, ਲੋਕਾਂ ਉੱਤੇ ਨਾ ਵਰਤੋ। ਸੋ ਇਸ ਕਰਕੇ ਜੋ ਲੋਕ ਸਭਾ ਦੀਆਂ ਚੋਣਾਂ ਨੇ, ਆਮ ਆਦਮੀ ਪਾਰਟੀ, ਸਾਡੇ ਵਰਕਰ, ਸਾਡੇ ਵਲੰਟੀਅਰ ਬਹੁਤ ਐਕਸਾਈਟਡ ਨੇ। ਪੰਜਾਬ ਹਮੇਸ਼ਾ ਹੀ ਨਵੇਂ ਰਿਕਾਰਡ ਬਣਾਉਂਦਾ ਰਿਹਾ, ਨਵੇਂ ਰੈਵੋਲਿਊਸ਼ਨ, ਭਾਵੇਂ ਉਹ ਗ੍ਰੀਨ ਰੈਵੋਲਿਊਸ਼ਨ ਹੈ, ਭਾਵੇਂ ਆਜ਼ਾਦੀ ਦੀ ਕੋਈ ਲੜਾਈ ਹੈ, ਭਾਵੇਂ ਆਮ ਆਦਮੀ ਪਾਰਟੀ ਦੀਆਂ ਪਹਿਲੀਆਂ 4 ਸੀਟਾਂ ਜਿਹੜੀਆਂ ਨੇ ਉਹ ਪੰਜਾਬ ਤੋਂ ਹੀ ਆਈਆਂ ਸੀ। ਪੰਜਾਬ ਨਵੀਆਂ ਕਹਾਣੀਆਂ ਲਿਖਣ ਲਈ ਫੇਮਸ ਹੈ ਅਤੇ ਇਸ ਵਾਰ 13-0 ਵਾਲੀ ਕਹਾਣੀ ਲਿਖੂਗਾ। ਮੈਂ ਅੱਜ ਰਾਜਦੂਤਾਂ ਦੀ ਗੱਲ ਕਰਨਾ ਆ, ਤੁਸੀਂ ਕੋਈ ਇੰਡਸਟਰੀ ਬਾਰੇ ਸਵਾਲ ਪੁੱਛ ਸਕਦੇ ਹੋ? ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਘਰੋਂ 2 ਸਵਾਲ ਬਣਾ ਕੇ ਤੁਰਦੇ ਹੋ। ਜੇ ਤਾਂ ਇਹਨਾਂ ਦਾ ਜਵਾਬ ਮਿਲ ਗਿਆ ਠੀਕ ਹੈ, ਤਾਂ ਮੇਰੀ ਖਬਰ ਬਣ ਜੂਗੀ, ਨਹੀਂ ਤਾਂ ਦੇਖੋ ਮੈਂ ਇੰਨੇ ਮੁਲਕਾਂ ਦੇ ਨਾਂ ਲੈ ਤੇ, ਤੁਹਾਡਾ ਕੋਈ ਧਿਆਨ ਨਹੀਂ, ਤੁਹਾਡਾ ਸਿਰਫ ਇਹ ਹੈ ਐਂ ਹੋਜੂ, ਉਹਨੇ ਐਂ ਕਹਿਤਾ, ਇਹਨੇ ਐਂ ਕਹਿਤਾ। ਮੈਂ ਤੁਹਾਨੂੰ ਕਹਿਣਾ, ਪੰਜਾਬ ਨੂੰ ਜੇ ਤਰੱਕੀ 'ਤੇ ਲੈ ਕੇ ਜਾਵਾਂਗੇ ਤਾਂ ਲੋਕ ਸਾਡੇ ਨਾਲ ਰਹਿਣਗੇ। ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਮੁੰਡੇ ਕੁੜੀਆਂ ਨੂੰ ਜੇ ਡਰੱਗਸ ਤੋਂ ਹਟਾ ਕੇ ਖੇਡਾਂ ਵੱਲ, ਰੋਜ਼ਗਾਰ ਵੱਲ ਲੈ ਕੇ ਜਾਵਾਂਗੇ, ਉਹਨਾਂ ਨੂੰ ਬਾਹਰਲੇ ਮੁਲਕਾਂ ਵੱਲ ਦੇਖਣਾ ਨਹੀਂ ਪਊਗਾ, ਤਾਂ ਲੋਕ ਸਾਡੇ ਨਾਲ ਹੋ ਜਾਣਗੇ। ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵਾਂਗੇ ਤਾਂ ਲੋਕ ਜਿਵੇਂ ਪਹਿਲਾਂ ਵਾਲੇ ਲਾਹ 'ਤੇ, ਉਦੋਂ ਸਾਨੂੰ ਲਾ ਦੇਣਗੇ। ਸੋ ਇਸ ਕਰਕੇ ਸਾਡੀ ਨੀਅਤ ਕੰਮ ਕਰਨ ਦੀ ਹੈ, ਸਾਡਾ ਇਹ ਸਵਾਲ ਨਹੀਂ ਉਹਨੇ ਤੈਨੂੰ ਕੀ ਕਹਿਤਾ, ਉਹਨੇ ਮੈਨੂੰ ਕੀ ਕਹਿਤਾ, ਮੈਂ ਉਹਨੂੰ ਕੀ ਕਹਿਤਾ।
ਇਹ ਪੰਜਾਬ ਦੇ ਮੁੱਦੇ ਨਹੀਂ, ਇਹ ਤੁਹਾਡੀਆਂ ਹੈਡਲਾਈਨਸ ਹੋ ਸਕਦੀਆਂ ਨੇ ਬ੍ਰੇਕਿੰਗ ਨਿਊਜ਼ ਕੋਈ ਐਂ ਕਿਹਾ, ਪਰ ਹੈਡਲਾਈਨ ਇਹ ਲਾਇਓ ਕਿ ਘੱਟੋ ਘੱਟ 8 ਮੁਲਕਾਂ ਦੇ ਰਾਜਦੂਤਾਂ ਨੂੰ ਮਿਲ ਕੇ ਪੰਜਾਬ ਦੇ ਵਿੱਚ ਇੰਡਸਟਰੀ ਲਿਆਉਣ ਵਾਸਤੇ ਭਗਵੰਤ ਮਾਨ ਨੇ ਕੀਤੀਆਂ ਮੈਰਾਥਨ ਮੀਟਿੰਗਾਂ। ਧੰਨਵਾਦ।